ਸਤਿ ਸ੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਸਵਾਗਤ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਵਿਤਾ ਦਿਨ ਚੜ੍ਹਦੇ ਹੀ ਉੱਠ ਜਾਂਦੀ ਸੀ ਅਤੇ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ। ਉਸ ਦੇ 4 ਬੱਚੇ ਸੀ। ਸਭ ਤੋਂ ਵੱਡਾ ਮੁੰਡਾ ਬਬਲੂ, ਸ਼ਕਲੋਂ ਅਤੇ ਅਕਲੋਂ ਮੋਟਾ, ਫਿਰ ਸੋਨੂੰ ਸ਼ਕਲੋਂ ਹੀਰੋ ਵਰਗਾ ਅਤੇ ਅਕਲੋਂ ਭਰਾ ਦਾ ਵੀ ਸਿਰਾ। ਮੋਨਿਕਾ ਰੱਬ ਨੇ ਬਣਾਇਆ ਉਸਨੂੰ ਕੁੜੀ ਸੀ, ਪਰ ਉਹ ਆਪਣੇ ਆਪ ਨੂੰ ਮੁੰਡਾ ਸਮਝਦੀ ਸੀ। ਤੇ ਅਖੀਰ ਵਿੱਚ ਪੂਨਮ ਸਭ ਤੋਂ ਛੋਟੀ ਤੇ ਲਾਡਲੀ। ਅਸ਼ੋਕ ਉਸਦਾ ਘਰਵਾਲਾ, ਜੋ ਸਵਿਤਾ ਦੀ ਹਾਂ ਵਿੱਚ ਹਾਂ ਮਿਲਾਉਂਦਾ ਸੀ। ਸਵਿਤਾ ਨੇ ਸਾਰਿਆਂ ਦੇ ਕੰਮ ਪਹਿਲੇ ਤੋਂ ਹੀ ਦੱਸੇ ਹੋਏ ਸੀ, ਜਿਵੇਂ ਬਬਲੂ ਦਾ ਕੰਮ ਸੀ ਕੋਟੀਆਂ ਨੂੰ ਲੈ ਕੇ ਆਉਣਾ ਅਤੇ ਛੱਡਣ ਜਾਣਾ, ਸੋਨੂ ਦਾ ਕੰਮ ਸੀ ਜੋ ਵੀ ਉਹਨਾਂ ਘਰ ਕੋਟੀਆਂ ਦੇ ਪੀਸ ਲੈਣ ਆਉਂਦਾ ਉਹਨਾਂ ਨੂੰ ਗਿਣ ਕੇ ਦੇਣਾ, ਤੇ ਜੋ ਉਹ ਬਣਾ ਕੇ ਲੈ ਆਉਂਦੇ ਉਹਨਾਂ ਨੂੰ ਗਿਣ ਕੇ ਬੋਰੀ ਵਿੱਚ ਪਾਉਣਾ। ਮੋਨਿਕਾ ਦਾ ਕੰਮ ਸੀ ਉਹਨਾਂ ਕੋਟੀਆਂ ਦੀ ਐਂਟਰੀ ਕਰਨਾ ਕਾਪੀ ਤੇ, ਜੋ ਉਹ ਬਣਾ ਕੇ ਲੈ ਆਏ ਸੀ। ਪੂਨਮ ਦਾ ਕੰਮ ਸੀ ਘਰ ਦੇ ਕੰਮ ਵਿੱਚ ਆਪਣੀ ਮਾਂ ਨਾਲ ਮਦਦ ਕਰਵਾਉਣਾ। ਅਸ਼ੋਕ ਆਪਣੀ ਦੁਕਾਨ ਸੰਭਾਲਦਾ ਸੀ ਜਿੱਥੇ ਸਵਿਤਾ ਨੇ ਹੈਂਡਲੂਮ ਦਾ ਕੰਮ ਸ਼ੁਰੂ ਕਰਵਾਇਆ ਸੀ, ਨਾਲ ਉਹ ਆਪ ਵੀ ਕਮੇਟੀਆਂ ਪਾਉਂਦੀ ਸੀ। ਸਾਰਾ ਦਿਨ ਉਸਦੇ ਘਰ ਵਿੱਚ ਚਹਿਲ ਪਹਿਲ ਰਹਿੰਦੀ ਸੀ। ਸਵਿਤਾ 11 ਵਜੇ ਘਰੋਂ ਦੁਕਾਨ 'ਤੇ ਚਲੀ ਜਾਂਦੀ ਸੀ। ਇੱਕ ਤਰ੍ਹਾਂ ਘਰ ਦੀ ਜ਼ਿੰਮੇਵਾਰੀ ਪੂਨਮ 'ਤੇ ਸੀ। ਸਾਰਿਆਂ ਦੀ ਰੋਟੀ ਦਾ ਖਿਆਲ, ਘਰ ਦੇ ਕੰਮ ਸਭ ਪੂਨਮ ਨੇ ਹੀ ਕਰਨਾ ਹੁੰਦਾ ਸੀ। ਮੋਨਿਕਾ ਖੁਦ ਨੂੰ ਮੁੰਡਾ ਸਮਝਣ ਕਰਕੇ ਇਹ ਸਭ ਕੰਮਾਂ ਤੋਂ ਪੱਲਾ ਝਾੜ ਲੈਂਦੀ ਸੀ ਤੇ ਐਕਟਿਵਾ ਚੱਕ ਗਲੀਆਂ ਵਿੱਚ ਘੁੰਮਣ ਨਿਕਲ ਜਾਂਦੀ। ਸਵਿਤਾ ਨੂੰ ਸਭ ਤੋਂ ਜ਼ਿਆਦਾ ਫਿਕਰ ਉਸ ਦੀ ਸੀ। ਸਾਰੇ ਹੀ ਬੱਚੇ ਹਜੇ ਕੁਆਰੇ ਵੀ ਸੀ। ਬਬਲੂ 30 ਸਾਲ ਦਾ ਹੋ ਗਿਆ ਸੀ, ਜਿਵੇਂ ਕਿ ਪਹਿਲੇ ਹੀ ਦੱਸਿਆ ਕਿ ਉਹ ਸ਼ਕਲੋਂ ਤੇ ਅਕਲੋਂ ਮੋਟਾ ਸੀ। ਇਸੇ ਲਈ ਕੋਈ ਚੰਗੇ ਘਰ ਦੀ ਕੁੜੀ ਵਾਲੇ ਰਿਸ਼ਤਾ ਨਹੀਂ ਕਰਦੇ ਸੀ। ਫਿਰ ਇੱਕ ਦਿਨ ਵਿਚੋਲਨ ਨੇ ਇੱਕ ਘਰ ਦੱਸਿਆ ਤੇ ਨਾਲ ਇਹ ਵੀ ਦੱਸਿਆ ਕਿ ਕੁੜੀ ਨੂੰ ਥੋੜਾ ਉੱਚਾ ਸੁਣਦਾ ਹੈ। ਰਿਸ਼ਤੇ ਲਈ ਹਾਂ ਹੋ ਗਈ। ਸਵਿਤਾ ਖੁਸ਼ ਸੀ ਕਿ ਉਸਦੇ ਮੁੰਡੇ ਦਾ ਘਰ ਵਸ ਜਾਏਗਾ। ਪੂਨਮ 12ਵੀਂ ਪਾਸ ਕਰ ਸਿਲਾਈ ਦਾ ਕੰਮ ਸਿੱਖਦੀ ਸੀ, ਜਿੱਥੇ ਉਸਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਸੀ। ਰੋਹਿਤ, ਜੋ ਆਪਣੇ ਮਾਂ ਬਾਪ ਦਾ ਇਕਲੌਤਾ ਮੁੰਡਾ ਸੀ, ਦੁੱਧ ਦਾ ਕੰਮ ਸੀ ਉਹਨਾਂ ਦਾ। ਪੂਨਮ ਦੁੱਧ ਲੈਣ ਜਾਂਦੀ ਤੇ ਕਿੰਨੀ ਕਿੰਨੀ ਦੇਰ ਰੋਹਿਤ ਨਾਲ ਬੈਠੀ ਰਹਿੰਦੀ। ਉਹ ਦੋਨੋਂ ਆਪਣਾ ਭਵਿੱਖ ਬਾਰੇ ਗੱਲਾਂ ਕਰਦੇ ਰਹਿੰਦੇ। ਪੂਨਮ ਨੇ ਰੋਹਿਤ ਨੂੰ ਦੱਸਿਆ ਕਿ ਉਹਨਾਂ ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਜੇ ਉਹ ਵੀ ਘਰ ਕੰਮ ਕਰਨ ਦੇ ਬਹਾਨੇ ਆ ਜੇ ਤਾਂ ਸਾਰਿਆਂ ਦੇ ਸੁਭਾਅ ਬਾਰੇ ਪਤਾ ਲੱਗ ਜਾਏਗਾ। ਸਵਿਤਾ ਖੁਸ਼ ਸੀ ਕਿ ਇੰਨੀਆਂ ਕੋਸ਼ਿਸ਼ਾਂ ਬਾਅਦ ਉਸਦੇ ਪੁੱਤਰ ਦਾ ਵਿਆਹ ਹੋਣ ਜਾ ਰਿਹਾ ਸੀ। ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਗਿਆ ਸੀ। ਮੋਨਿਕਾ ਨੇ ਸਵਿਤਾ ਨੂੰ ਆਣ ਕੇ ਕਿਹਾ ਕਿ ਉਹ ਆਪਣਾ ਆਪਰੇਸ਼ਨ ਕਰਵਾਉਣਾ ਚਾਹੁੰਦੀ ਹੈ, ਜਿਸ ਨਾਲ ਉਹ ਮੁੰਡਾ ਬਣ ਜਾਏਗੀ। ਸਵਿਤਾ ਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਉਹਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਹੋਵੇ। ਉਹ ਕੁਛ ਦੇਰ ਲਈ ਸੁੰਨ ਹੋ ਕੇ ਰਹਿ ਗਈ। ਉਹਨੇ ਮੋਨਿਕਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਇੱਕ ਨਾ ਸੁਣੀ, ਉੱਤੋਂ ਘਰੋਂ ਭੱਜ ਜਾਣ ਦੀ ਧਮਕੀ ਦੇ ਦਿੱਤੀ। ਸਵਿਤਾ ਨੇ ਉਸਨੂੰ ਸਮਝਾਇਆ ਕਿ ਬਬਲੂ ਦੇ ਵਿਆਹ ਤੱਕ ਰੁਕ ਜਾ, ਫਿਰ ਉਸ ਤੋਂ ਬਾਅਦ ਉਹ ਜਿਵੇਂ ਕਹੇਗੀ ਉਸੇ ਤਰ੍ਹਾਂ ਹੋਵੇਗਾ। ਇਸ ਵੇਲੇ ਹੀ ਉਸਨੂੰ ਠੀਕ ਲੱਗਾ। ਉਧਰ ਪੂਨਮ ਨੇ ਵੀ ਰੋਹਿਤ ਨੂੰ ਉਹੀ ਜਿਮ ਜਾਣ ਨੂੰ ਕਹਿ ਦਿੱਤਾ ਜਿੱਥੇ ਸੋਨੂੰ ਜਾਇਆ ਕਰਦਾ ਸੀ। ਰੋਹਿਤ ਨੇ 2 ਹੀ ਦਿਨਾਂ ਵਿੱਚ ਸੋਨੂੰ ਨਾਲ ਗੂੜੀ ਦੋਸਤੀ ਕਰ ਲਈ। ਹੁਣ ਉਹ ਆਮ ਹੀ ਪੂਨਮ ਘਰ ਆ ਜਾਂਦਾ ਤੇ ਕਿੰਨੀ ਕਿੰਨੀ ਦੇਰ ਬੈਠਾ ਰਹਿੰਦਾ। ਬਬਲੂ ਨੂੰ ਥੋੜਾ ਅਜੀਬ ਲੱਗਦਾ, ਪਰ ਸੋਨੂੰ ਨਾਲ ਉਸਦੀ ਦੋਸਤੀ ਦੇਖ ਚੁੱਪ ਹੋ ਜਾਂਦਾ। ਵੈਸੇ ਵੀ ਵਿਆਹ ਵਾਲੇ ਘਰ 100 ਕੰਮ ਹੁੰਦੇ ਨੇ। ਸਵਿਤਾ ਨੂੰ ਅੱਗੇ ਹੀ ਮੋਨਿਕਾ ਦੀ ਬਹੁਤ ਫਿਕਰ ਲੱਗੀ ਹੋਈ ਸੀ। ਪੰਡਿਤ ਨੇ 2 ਦਸੰਬਰ ਦਾ ਵਿਆਹ ਰੱਖਿਆ ਤੇ ਸਵਿਤਾ ਨੇ ਤਰੀਕ ਸਭ ਨੂੰ ਦੱਸ ਦਿੱਤੀ। ਸਾਰੇ ਰਿਸ਼ਤੇਦਾਰ ਵਧਾਈਆਂ ਦੇਣ ਲੱਗੇ। ਪੂਨਮ ਦਾ ਜਨਮ ਦਿਨ ਆ ਰਿਹਾ ਸੀ। ਸਵਿਤਾ ਨੇ ਉਸਦੀ ਮੰਗਣੀ ਰੱਖ ਦਿੱਤੀ। ਪੰਡਿਤ ਤੋਂ ਪੁੱਛ ਕੇ 10 ਅਗਸਤ ਦੀ ਤਰੀਕ ਪੱਕੀ ਹੋ ਗਈ। ਪੂਨਮ ਜਦੋਂ ਦੁੱਧ ਲੈਣ ਗਈ ਤਾਂ ਉਹਨੇ ਰੋਹਿਤ ਨੂੰ ਸਾਰਾ ਕੁਝ ਦੱਸਿਆ ਤੇ ਇਹ ਵੀ ਕਿਹਾ ਕਿ ਉਹ ਆਪਣੇ ਜਨਮ ਦਿਨ ਵਾਲੇ ਦਿਨ ਉਸ ਨਾਲ ਰਹਿਣਾ ਚਾਹੁੰਦੀ ਹੈ। ਰਾਤ ਜਦੋਂ ਸਾਰੇ ਮੰਗਣੀ ਤੇ ਹੋਣਗੇ ਉਸ ਵੇਲੇ ਮੈਂ ਤੇਰੇ ਨਾਲ ਰਹੂੰਗੀ, ਤੂੰ ਆਏਗਾ ਨਾ ਮੈਨੂੰ ਲੈਣ। ਰੋਹਿਤ ਨੇ ਵੀ ਇੱਕ ਸ਼ਰਤ ਰੱਖੀ, ਮੈਂ ਆ ਤਾਂ ਜਾਊਂਗਾ ਪਰ ਮੈਨੂੰ
मिलेगा की? पूनम उसकी शर्त नूं समझ रही सी पर भोले बन के पुछया, तैनू की चाहिदा है? उसने कहा, सब कुछ मतलब? उहने एक वार फिर सवाल वांग पुछया। रोहित ने उसनूं अपनियां बाहां विच घुट के अपने वल नूं खिंच लिया ते एक प्यारी जिही किस उसदे पूनम दे बुल्लां ते कीती ते सब दोनां लई आम गल सी। सविता ने पंडित नूं मोनिका दी कुंडली दिखाई तो पुछया कि इहदे विआह दा योग कदों दा है। तां पंडित ने उसनूं दस्या कि इहदे कर्मां विच विआह दा सुख नहीं है, इह सारी उमर कुवारी मां बन के रहेगी। इह सब सुण के सविता दी तबीयत खराब होण लगी। ਉਹ ਬਹੁਤ ਮੁਸ਼ਕਲ ਨਾਲ ਘਰ ਪਹੁੰਚੀ ਤੇ ਅਸ਼ੋਕ ਨੂੰ ਸਾਰੀ ਗੱਲ ਦੱਸੀ। ਉਹ ਵੀ ਹੈਰਾਨ ਸੀ ਪੰਡਤ ਦੀਆਂ ਗੱਲਾਂ ਤੋਂ। ਉਸਨੇ ਸਵਿਤਾ ਨੂੰ ਦਿਲਾਸਾ ਦਿੱਤਾ ਤੇ ਕਿਹਾ, ਜ਼ਰੂਰ ਤਾਂ ਨਹੀਂ, ਜੋ ਪੰਡਤ ਕਵੇ ਉਹ ਸੱਚ ਹੀ ਹੋਵੇ। ਤੂੰ ਐਵੇਂ ਨਾ ਘਬਰਾ, ਸਭ ਠੀਕ ਹੋਏਗਾ। ਅਸ਼ੋਕ ਨੇ ਸਵਿਤਾ ਨੂੰ ਦਵਾਈ ਲੈ ਕੇ ਆਰਾਮ ਕਰਨ ਨੂੰ ਕਿਹਾ ਤੇ ਕਮਰੇ ਦੀ ਲਾਈਟ ਬੰਦ ਕਰ ਆਪ ਬਾਹਰ ਆ ਗਿਆ। सविता दवाई लैके सो गई। अशोक नूं समझ नहीं आ रही सी कि इस बारे किस नाल गल करे। उसने मोनिका नूं समझाउण दी कोशिश कीती ते उसनूं बुलाया, देख तेरे करके तेरी मां दा की हाल है। जिस वेले उसनूं खुश होना चाहीदा सी, बबलू दा घर वस रिहा है, उत्थे ही ओह तैनूं लैके किन्नी दुखी है। तूं अपनी मां दी क्यों दुश्मन बनी है? खुशी नाल बबलू दा व्याह देख लैण दे, तू जो भी करना है ओ मेरे घर तो बाहर जा के कर। मोनिका अपनी मां दी हालत देख के रोन लग पई ते कमरे तो बाहर चली गई। सविता नूं पूनम दा जरा भी ख्याल नहीं सी। उस भाणे पूनम तो हजे बच्ची है, ਉਹ ਹੈ ਵੀ ਤਾਂ ਹਜੇ 18 ਸਾਲਾਂ ਦੀ ਸੀ। ਪੂਨਮ ਨੇ ਰੋਹਿਤ ਨੂੰ ਪਹਿਲੇ ਹੀ ਕਿਹਾ ਸੀ ਕਿ ਉਹ ਆਪਣੇ ਜਨਮ ਦਿਨ ਵਾਲੇ ਦਿਨ ਉਸ ਨਾਲ ਰਹਿਣਾ ਚਾਹੁੰਦੀ ਸੀ। ਰੋਹਿਤ ਨੇ ਵੀ ਉਸ ਨੂੰ ਜੱਫੀ ਵਿੱਚ ਲੈਂਦੇ ਹਾਂ ਵਿੱਚ ਹਾਂ ਜਵਾਬ ਦਿੱਤਾ ਸੀ। ਉਹ ਵੀ ਪੂਨਮ ਨੂੰ ਸੱਚਾ ਪਿਆਰ ਕਰਦਾ ਸੀ। ਉਹ ਤਾਂ ਪੂਨਮ ਸਭ ਤੋਂ ਛੋਟੀ ਸੀ, ਨਹੀਂ ਤਾਂ ਰੋਹਿਤ ਉਸ ਨੂੰ ਵਿਆਹ ਕੇ ਘਰ ਲੈ ਜਾਂਦਾ। ਪੂਨਮ ਵੀ ਪਿਆਰ ਦੇ ਸਾਗਰ ਵਿੱਚ ਗੋਤੇ ਖਾ ਰਹੀ ਸੀ। ਸਵਿਤਾ ਦੀ ਤਬੀਅਤ ਬਾਰੇ ਉਸਨੂੰ ਸ਼ਾਮੀ ਘਰ ਆ ਕੇ ਪਤਾ ਲੱਗਾ। ਪੂਨਮ ਘਬਰਾ ਗਈ ਤੇ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ। ਦੇਖਦੇ ਦੇਖਦੇ 9 ਅਗਸਤ ਆ ਗਈ। ਸਵਿਤਾ ਦੇ ਘਰ ਮਹਿਮਾਨ ਆਉਣੇ ਸ਼ੁਰੂ ਹੋ ਗਏ। ਉਸਦਾ ਪੂਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ। ਉਸ ਵਿੱਚ ਉਸਨੂੰ ਮੋਨਿਕਾ ਦੀ ਫਿਕਰ ਖਾਈ ਜਾ ਰਹੀ ਸੀ। ਰਾਤੀ ਸਾਰੇ ਭੈਣ ਭਰਾ ਨਾਲ ਬੈਠ ਸਵਿਤਾ ਦਾ ਮਨ ਥੋੜ੍ਹਾ ਹਲਕਾ ਹੋ ਗਿਆ ਸੀ। ਸਵੇਰੇ ਨਾਸ਼ਤਾ ਪਾਣੀ ਕਰਾ ਸਵਿਤਾ ਮੰਦਰ ਚਲੀ ਗਈ ਤੇ ਮੋਨਿਕਾ ਦੇ ਨਾਮ ਦੀ ਪੂਜਾ ਰਖਵਾ ਤੀ। ਸ਼ਾਮੀ ਸਾਰੇ ਤਿਆਰ ਹੋਣ ਲੱਗੇ। ਅਸ਼ੋਕ ਨੇ ਗ੍ਰੇ ਰੰਗ ਦੇ ਪੈਂਟ ਕੋਟ ਪਾਇਆ ਤੇ ਸਵਿਤਾ ਨੇ ਹਰੀ ਤੇ ਗ੍ਰੇ ਰੰਗ ਦੀ ਸਾੜੀ ਪਾਈ। ਬਬਲੂ ਨੇ ਕਰੀਮ ਰੰਗ ਦਾ ਪੈਂਟ ਕੋਟ ਪਾਇਆ ਸੀ ਜੋ ਉਸਨੂੰ ਜ਼ਰਾ ਵੀ ਸੂਟ ਨਹੀਂ ਕਰਦਾ ਸੀ। ਸੋਨੂ ਨੇ ਕਾਲੇ ਰੰਗ ਦੇ ਕੁੜਤਾ ਪਜਾਮਾ ਤੇ ਉੱਤੇ ਗਾਜਰੀ ਰੰਗ ਦੀ ਜੈਕਟ ਪਾਈ ਸੀ। ਪੂਰਾ ਹੀਰੋ ਲੱਗ ਰਿਹਾ ਸੀ। ਮੋਨਿਕਾ ਨੇ ਪਠਾਨੀ ਸੂਟ ਪਾਇਆ ਸੀ। ਉਹ ਹਜੇ ਵੀ ਸਭ ਨੂੰ ਮੁੰਡਾ ਹੀ ਬਣ ਕੇ ਦਿਖਾ ਰਹੀ ਸੀ। ਸਾਰੇ ਮੂੰਹ ਤੇ ਚਾਹੇ ਗੱਲ ਨਾ ਕਰਦੇ ਹੋਣ ਪਰ ਪਿੱਠ ਪਿੱਛੇ ਸਾਰੇ ਹੀ ਉਸਨੂੰ ਕੋਸਦੇ ਸੀ। ਪੂਨਮ ਤਾਂ ਅੱਜ ਪੂਰਾ ਚੰਨ ਦਾ ਟੁਕੜਾ ਲੱਗ ਰਹੀ ਸੀ। ਉਸਨੇ ਕਾਲੀ ਸਾੜੀ ਪਾਈ ਸੀ ਤੇ ਬਾਹਾਂ ਅਤੇ ਗਲੇ ਤੇ ਸਿਲਵਰ ਬਾਰਡਰ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਸਨੇ ਡਾਇਮੰਡ ਦਾ ਹਾਰ ਪਾਇਆ ਹੋਵੇ। ਸਾਰੇ ਪੈਲਸ ਜਾਣ ਲਈ ਕਾਰਾਂ ਵਿੱਚ ਬੈਠ ਰਹੇ ਸੀ। ਪੂਨਮ ਰੋਹਿਤ ਦਾ ਇੰਤਜ਼ਾਰ ਕਰ ਰਹੀ ਸੀ। ਸੋਨੂ ਸਭ ਨੂੰ ਕਾਰ ਵਿੱਚ ਬਿਠਾ ਕੇ ਪੈਲਸ ਵੱਲ ਤੋਰ ਰਿਹਾ ਸੀ। ਉਸਨੇ ਪੂਨਮ ਨੂੰ ਵੀ ਕਿਹਾ, ਤੂੰ ਰੁਕ ਜਾਣਾ, ਰੋਹਿਤ ਆ ਰਿਹਾ ਹੈ, ਆਪਾਂ ਉਸ ਨਾਲ ਚੱਲਾਂਗੇ। ਤੂੰ ਘਰ ਸਾਰੇ ਕਮਰਿਆਂ ਨੂੰ ਤਾਲਾ ਮਾਰ ਲੈ ਤੇ ਜ਼ਰੂਰੀ ਸਮਾਨ ਚੱਕ ਲੈ, ਕੁਝ ਰਹਿ ਨਾ ਜਾਵੇ। ਪੂਨਮ ਦੇ ਖੁਸ਼ੀ ਦੇ ਮਾਰੇ ਪੈਰ ਹੇਠਾਂ ਹੀ ਨਹੀਂ ਲੱਗੇ। ਉਹ ਫਟਾਫਟ ਸਾਰਾ ਕੁਝ ਚੈੱਕ ਕਰਕੇ ਰੋਹਿਤ ਦਾ ਇੰਤਜ਼ਾਰ ਕਰਨ ਲੱਗੀ। ਰੋਹਿਤ ਦੀ ਕਾਰ ਗਲੀ ਵਿੱਚ ਆ ਗਈ ਸੀ ਤਾਂ ਸੋਨੂ ਨੇ ਪੂਨਮ ਨੂੰ ਆਵਾਜ਼ ਮਾਰੀ, ਆ ਜਾ ਪੂਨਮ, ਆਪਾਂ ਲੇਟ ਹੋ ਜਾਣਾ। ਸੋਨੂ ਦੇ ਮੂੰਹ ਤੋਂ ਇਹ ਸੁਣ ਰੋਹਿਤ ਨੂੰ ਵੀ ਚਾਅ ਜਿਹਾ ਚੜ੍ਹ ਗਿਆ। ਪੂਨਮ ਨੂੰ ਆਪਣੇ ਵੱਲ ਆਉਂਦਾ ਦੇਖ ਰੋਹਿਤ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਪੂਨਮ ਬਹੁਤ ਹੀ ਸੋਹਣੀ ਲੱਗ ਰਹੀ ਸੀ। ਰੋਹਿਤ ਨੇ ਫੈਸਲਾ ਕਰ ਲਿਆ ਸੀ ਅੱਜ ਉਹ ਆਪਣੇ ਮਾਂ ਬਾਪ ਨਾਲ ਪੂਨਮ ਨੂੰ ਮਿਲਵਾ ਦੇਵੇਗਾ, ਨਾਲੇ ਇਹ ਵੀ ਦੱਸ ਦੇਵੇਗਾ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ।
ਪੈਲਸ ਵਿੱਚ ਪੁੱਛ ਕੇ ਸਵਿਤਾ ਨੇ ਪੰਡਿਤ ਨੂੰ ਮੰਗਣੀ ਦੇ ਕੰਮ ਸ਼ੁਰੂ ਕਰਨ ਲਈ ਕਿਹਾ, ਪਰ ਪੰਡਿਤ ਨੇ 9 ਵਜੇ ਦਾ ਮਹੂਰਤ ਕੱਢਿਆ ਤੇ ਹਜੇ 1 ਘੰਟੇ ਤੋਂ ਵੀ ਵੱਧ ਟਾਈਮ ਪਿਆ ਸੀ। ਸਵਿਤਾ ਨੇ ਅਸ਼ੋਕ ਨਾਲ ਸਲਾਹ ਕਰ ਪੂਨਮ ਦੇ ਜਨਮ ਦਿਨ ਦਾ ਕੇਕ ਕੱਟਣ ਦਾ ਫੈਸਲਾ ਕੀਤਾ। ਨਾਲੇ ਇਹ ਸਭ ਠੀਕ ਵੀ ਸੀ, ਟਾਈਮ ਵੀ ਤਾਂ ਕੱਢਣਾ ਸੀ। ਜੇ ਰੋਟੀ ਸ਼ੁਰੂ ਕਰ ਦਿੰਦੇ ਤਾਂ ਲੋਕ ਰੋਟੀ ਖਾ ਕੇ ਘਰ ਤੁਰ ਜਾਂਦੇ। ਇਹ ਸਭ ਸਵਿਤਾ ਨੂੰ ਮਨਜ਼ੂਰ ਨਹੀਂ ਸੀ। ਉਸਨੇ ਸਾਰਿਆਂ ਨੂੰ ਇਕੱਠਾ ਕੀਤਾ ਤੇ ਕੇਕ ਕੱਟਣ ਲਈ ਪੂਨਮ ਨੂੰ ਬੁਲਾ ਲਿਆ। ਰੋਹਿਤ ਵੀ ਪੂਨਮ ਦੇ ਸਾਹਮਣੇ ਹੀ ਖੜਾ ਸੀ। ਉਹ ਪਿਆਰ ਭਰੀਆਂ ਅੱਖਾਂ ਨਾਲ ਪੂਨਮ ਨੂੰ ਨਿਹਾਰ ਰਿਹਾ ਸੀ। ਸਾਰਿਆਂ ਨੂੰ ਕੇਕ ਖਵਾ ਕੇ ਪੂਨਮ ਇੱਕ ਪਲੇਟ ਵਿੱਚ ਕੇਕ ਪਾ ਕੇ ਰੋਹਿਤ ਲਈ ਲੈ ਗਈ ਤੇ ਹੋਟਲ ਦਾ ਜੋ ਕਮਰਾ ਉਹਨਾਂ ਨੇ ਸਮਾਨ ਰੱਖਣ ਲਈ ਲਿਆ ਸੀ ਉਸੇ ਕਮਰੇ ਵਿੱਚ ਰੋਹਿਤ ਨੂੰ ਬੁਲਾ ਕੇ ਕੇਕ ਖਵਾਇਆ। ਰੋਹਿਤ ਨੇ ਪਹਿਲਾਂ ਪੂਨਮ ਨੂੰ ਕੇਕ ਖਵਾ ਕੇ ਫਿਰ ਉਸਦੇ ਬੁੱਲਾਂ ਤੇ ਜੋ ਕੇਕ ਲੱਗਾ ਸੀ ਉਸ ਨੂੰ ਆਪਣੇ ਬੁੱਲਾਂ ਨਾਲ ਚੂਸ ਕੇ ਖਾ ਲਿਆ। ਪੂਨਮ ਸ਼ਰਮ ਨਾਲ ਹੋਰ ਵੀ ਲਾਲ ਹੋ ਗਈ ਸੀ। ਰੋਹਿਤ ਨੇ ਪੂਨਮ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਉਸਦੀ ਉਂਗਲੀ ਵਿੱਚ ਇੱਕ ਸੋਨੇ ਦੀ ਮੁੰਦਰੀ ਪਾ ਦਿੱਤੀ ਜੋ ਕਿ ਬਹੁਤ ਹੀ ਸੋਹਣੀ ਸੀ। ਮੁੰਦਰੀ ਪਾ ਕੇ ਰੋਹਿਤ ਨੇ ਪੂਨਮ ਦਾ ਹੱਥ ਹੋਰ ਵੀ ਘੁੱਟ ਕੇ ਫੜ ਲਿਆ ਤੇ ਉਸਨੇ ਦੱਸਿਆ ਕਿ ਅੱਜ ਉਹ ਆਪਣੇ ਘਰ ਪੂਨਮ ਬਾਰੇ ਗੱਲ ਜ਼ਰੂਰ ਕਰੇਗਾ ਤੇ ਦੱਸੇਗਾ ਕਿ ਉਹ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਪੂਨਮ ਨੂੰ ਆਪਣਾ ਸੁਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਸੀ। ਹੁਣ ਉਹ ਰੋਹਿਤ ਦੀਆਂ ਬਾਹਾਂ ਵਿੱਚ ਸੀ ਤੇ ਦੁਨੀਆਦਾਰੀ ਤੋਂ ਬੇਖਬਰ। ਰੋਹਿਤ ਬਾਰ ਬਾਰ ਪੂਨਮ ਨੂੰ ਚੁੰਮਦਾ ਤੇ ਆਪਣੇ ਵੱਲ ਖਿੱਚਦਾ, ਉਸਦੇ ਹੱਥ ਪੂਨਮ ਦੀ ਪਿੱਠ ਤੇ ਫੇਰਨ ਲੱਗਾ। ਉਸਨੇ ਪੂਨਮ ਦੇ ਹਰ ਅੰਗ ਨੂੰ ਆਪਣੇ ਹੱਥਾਂ ਨਾਲ ਮਹਿਸੂਸ ਕੀਤਾ ਤੇ ਪਿਆਰ ਨਾਲ ਚੁੰਮਿਆ। ਪੂਨਮ ਦੇ ਫੋਨ ਤੇ ਸਵਿਤਾ ਦਾ ਫੋਨ ਆਇਆ ਤਾਂ ਪਿਆਰ ਦੇ ਇਸ ਮਾਹੌਲ ਵਿੱਚ ਭੰਗ ਦਾ ਕੰਮ ਕਰ ਗਿਆ। ਪੂਨਮ ਨੇ ਆਪਣੇ ਆਪ ਨੂੰ ਰੋਹਿਤ ਤੋਂ ਅਲੱਗ ਕੀਤਾ ਤੇ ਨਾ ਚਾਹੁੰਦੇ ਹੋਏ ਵੀ ਉਸਨੂੰ ਉੱਥੋਂ ਜਾਣਾ ਪਿਆ। ਕਮਰੇ ਵਿੱਚੋਂ ਨਿਕਲ ਉਹ ਬੀਤੇ ਪਲ ਮਹਿਸੂਸ ਕਰਦੀ ਸਵਿਤਾ ਕੋਲ ਚਲੀ ਗਈ। ਸਵਿਤਾ ਨੂੰ ਉੱਥੇ ਆਏ ਮਹਿਮਾਨਾਂ ਵਿੱਚੋਂ ਇੱਕ ਕੁੜੀ ਸੋਨੂ ਲਈ ਵੀ ਪਸੰਦ ਆ ਗਈ। ਉਸਦਾ ਨਾਮ ਸੀ ਨੀਲੂ, ਉਸਦਾ ਭਰਾ ਵੀ ਸੀ ਮੰਨੂ। ਉਹ ਦੋਨੋਂ ਜੋੜੇ ਜੰਮੇ ਸੀ। ਸਵਿਤਾ ਨੇ ਆਪਣੇ ਕੁੜਮਾਂ ਤੋਂ ਉਸ ਪਰਿਵਾਰ ਦੀ ਪੁੱਛ ਪੜਤਾਲ ਕੀਤੀ। ਪਰਿਵਾਰ ਸਵਿਤਾ ਨੂੰ ਵਧੀਆ ਲੱਗਾ ਤੇ ਉਸਨੇ ਮੰਗਣੀ ਤੋਂ ਬਾਅਦ ਸੋਨੂ ਲਈ ਵੀ ਰਿਸ਼ਤਾ ਤੋਰਨ ਦਾ ਮਨ ਬਣਾ ਲਿਆ। ਨੀਲੂ ਸਭ ਨੂੰ ਪਸੰਦ ਆ ਗਈ। ਸੋਨੂ ਤੇ ਉਸਦੀ ਜੋੜੀ ਬਹੁਤ ਹੀ ਸੋਹਣੀ ਲੱਗ ਰਹੀ ਸੀ। ਸਵਿਤਾ ਦੇ ਮਨ ਵਿੱਚ ਹੋਰ ਲਾਲਚ ਵਧਣ ਲੱਗਾ। ਉਸਨੇ ਮੰਨੂ ਨਾਲ ਮੋਨਿਕਾ ਦੀ ਗੱਲ ਤੋਰਨ ਬਾਰੇ ਸੋਚਿਆ, ਪਰ ਮੋਨਿਕਾ ਨੂੰ ਦੇਖ ਕੇ ਕੋਈ ਵੀ ਮੁੰਡਾ ਹਾਂ ਨਹੀਂ ਕਰੇਗਾ। ਫਿਰ ਮੰਨੂ ਤਾਂ ਬਹੁਤ ਹੀ ਸੋਹਣਾ ਮੁੰਡਾ ਸੀ। ਮੰਗਣੀ ਦੀ ਰਸਮ ਸ਼ੁਰੂ ਹੋ ਗਈ। ਸਾਰੇ ਬਹੁਤ ਖੁਸ਼ ਸਨ। ਮੌਕਾ ਦੇਖ ਰੋਹਿਤ ਨੇ ਪੂਨਮ ਨੂੰ ਬਾਹਰ ਬੁਲਾ ਲਿਆ ਤੇ ਕਾਰ ਵਿੱਚ ਘੁੰਮਣ ਜਾਣ ਦੀ ਗੱਲ ਕੀਤੀ, ਪਰ ਪੂਨਮ ਨੇ ਜਾਣ ਤੋਂ ਨਾ ਕਰਤੀ। ਉਹ ਚੱਲਦੇ ਫੰਕਸ਼ਨ ਵਿੱਚੋਂ ਬਾਹਰ ਜਾਣ ਲਈ ਤਿਆਰ ਨਹੀਂ ਸੀ। ਉਹ ਰੋਹਿਤ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਮਨ ਤਾਂ ਉਹਦਾ ਵੀ ਸੀ ਰੋਹਿਤ ਦੀਆਂ ਬਾਹਾਂ ਵਿੱਚ ਰਹਿਣ ਦਾ। ਉਸਨੇ ਥੋੜ੍ਹੀ ਦੇਰ ਬਾਅਦ ਚੱਲਣ ਦਾ ਕਿਹਾ ਤੇ ਵਾਪਸ ਮੰਗਣੀ ਤੇ ਆ ਗਈ। ਸਾਰੇ ਜਾਣੇ ਆਪਣੇ ਆਪਣੇ ਦੋਸਤ ਤੇ ਰਿਸ਼ਤੇਦਾਰਾਂ ਨਾਲ ਮਸਤ ਸਨ। ਪੂਨਮ ਨੂੰ ਇਹ ਸਮਾਂ ਠੀਕ ਲੱਗਾ ਤੇ ਉਹ ਰੋਹਿਤ ਨੂੰ ਕਾਰ ਸਟਾਰਟ ਕਰਨ ਦਾ ਇਸ਼ਾਰਾ ਕਰਦੇ ਸਵਿਤਾ ਕੋਲ ਚਲੀ ਗਈ ਤੇ ਆਪਣਾ ਫੋਨ ਉਸਦੇ ਬੈਗ ਵਿੱਚ ਪਾ ਕੇ ਉਸਨੂੰ ਮਿਲ ਕੇ ਉੱਥੋਂ ਨਿਕਲ ਆਈ। ਰੋਹਿਤ ਵੀ ਜਿਵੇਂ ਪਲਕਾਂ ਵਿਛਾ ਕੇ ਉਸਦਾ ਇੰਤਜ਼ਾਰ ਕਰ ਰਿਹਾ ਸੀ। ਦੋਨੋਂ ਕਾਰ ਵਿੱਚ ਬੈਠੇ ਤੇ ਪੈਲਸ ਵਿੱਚੋਂ ਨਿਕਲ ਗਏ। ਥੋੜ੍ਹੀ ਦੂਰ ਜਾ ਕੇ ਪੂਨਮ ਨੇ ਰੋਹਿਤ ਨੂੰ ਕਾਰ ਰੋਕਣ ਲਈ ਕਿਹਾ। ਰੋਹਿਤ ਨੇ ਵੀ ਕਾਰ ਰੋਕ ਲਈ। ਕਾਰ ਰੁਕਦੇ ਹੀ ਰੋਹਿਤ ਨੇ ਪੁੱਛਿਆ ਕਿ ਇੱਥੇ ਕਾਰ ਰੋਕਣ ਨੂੰ ਕਿਉਂ ਕਿਹਾ? ਆਪਾਂ ਅੱਗੇ ਚੱਲਦੇ ਹਾਂ ਲੌਂਗ ਡਰਾਈਵ ਤੇ, 12 ਵਜੇ ਮੁੜ ਆਵਾਂਗੇ। ਪੂਨਮ ਨੇ ਉਸਨੂੰ ਕਿਹਾ ਕਿ ਜੇ ਕਿਸੇ ਨੇ ਵੀ ਉਸਨੂੰ ਲੱਭਣਾ ਸ਼ੁਰੂ ਕੀਤਾ ਤੇ ਉਹ ਪੈਲਸ ਵਿੱਚ ਨਾ ਮਿਲੀ ਤਾਂ ਬਹੁਤ ਵੱਡੀ ਮੁਸੀਬਤ ਹੋ ਜਾਵੇਗੀ। ਰੋਹਿਤ ਸਮਝ ਗਿਆ। ਉਹ ਵੈਸੇ ਵੀ ਜ਼ਿਆਦਾ ਦੂਰ ਨਹੀਂ ਗਏ ਸੀ। ਰੋਹਿਤ ਨੇ ਬਿਨਾਂ ਟਾਈਮ ਗਵਾਏ ਪੂਨਮ ਨੂੰ ਜੱਫੀ ਪਾ ਲਈ। ਪੂਨਮ ਨੇ ਵੀ ਉਸਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਹ ਵੀ ਆਪਣੇ ਆਪ ਨੂੰ ਰੋਕ ਨਾ ਸਕੀ। ਕਦੋਂ ਦੋਵੇਂ ਉਹਨਾਂ ਨੂੰ ਵੀ ਪਤਾ ਨਾ ਲੱਗਾ। ਰੋਹਿਤ ਉਸਦੇ ਹਰ ਅੰਗ ਨੂੰ ਪਿਆਰ ਨਾਲ ਸਹਿਲਾਉਂਦਾ ਤੇ ਆਪਣੇ ਬੁੱਲਾਂ ਨਾਲ ਚੁੰਮਦਾ। ਪੂਨਮ ਵੀ ਉਸਦੇ ਪਿਆਰ ਵਿੱਚ ਪਾਗਲ ਸੀ। ਟਾਈਮ ਕਿਵੇਂ ਰੇਤ ਵਾਂਗ ਲੰਘ ਗਿਆ ਪਤਾ ਹੀ ਨਾ ਚੱਲਿਆ। ਪੂਨਮ ਨੇ ਰੋਹਿਤ ਨੂੰ ਰੋਕਦੇ ਵਾਪਿਸ ਜਾਣ ਲਈ ਕਿਹਾ ਤੇ ਦੋਨੋਂ ਪੈਲਸ ਮੁੜ ਆਏ। ਪੈਲਸ ਵੱਲ ਮੁੜਦੇ ਹੀ ਉਹਨਾਂ ਦੀ ਕਾਰ ਨੂੰ ਕਿਸੇ ਨੇ ਪਿੱਛੇ ਆ ਕੇ
ठोकता सी। कार इन्नी तेजी नाल घूमी के रोही तो संभलिया ना गया ते कार नाल दी चलदी कच्ची राह ते पै गई ते एक दलदल वाली जगह ते फस गई। हुण कार ना अगे हो रही सी ना पिछे। पूनम नू डर लग रहा सी कि हुण ओह वापस किवें जावेगी। रोहित नू अपने तो ज्यादा पूनम दी फिकर हो रही सी। रात भी काफी हो चुकी सी ते हुण कार भी नहीं निकल रही सी। रोहित ने बहुत देर उड़ीक कीती, कोई नहीं आया। कुछ दोस्तां नू फोन भी कीता पर इस तरह दे टाइम ते कोई काम ना आया। हुण रोहित नू कुछ समझ नहीं आ रहा सी। कार जोर नाल घूमण करके पूनम दे कुछ सट्टां भी लगियां सन। ओदी बांह विच खून निकलन लगा सी। रोहित ने पूनम नू कहा कि सोनू नू बुला लेंदे आ ते सब सच दस दांगे। पूनम ने रोंदे सिर नांह विच हिलाया क्योंकि ओह सोनू दे गुस्से तो वाकफ सी। कुछ होर सोचण नू कहा पर उस वेले दिमाग काम नहीं कर रहा सी। पैदल ओह पैलस नहीं जा सकते सी ते कार बिना सहारे निकल नहीं सकती सी। रोहित नू दूरों एक होर कार आउंदी नजर आई। उसने पूनम नू पिछली सीट ते जा के लेट जाण नू कहा ते अपने उपर उसदा कोट पाउण नू कहा। उसने हथ दे के ओह कार रोक ली ते अपनी मदद करन नू कहा। उस कार विच एक होर फैमिली सी। उन्हां ने रोहित दी मदद कीती ते कार दलदल विचों निकल आई। धन्नवाद कर रोहित ने निकलन दी कीती। ओह भी बहुत घबराया होया सी। हुण पैलस दूर नहीं सी। पूनम दी बांह विचों खून बहुत ज्यादा निकल चुका सी ते हुण दर्द भी वध रहा सी। रोहित ने पैलेस दे बाहर कार रोकी ते पूनम नू अंदर जाण नू कहा। डरदे डरदे पूनम अंदर चली गई। पैलेस अंदर सब मस्त सन। उसने भी हुण सुख दा साह लिया। सविता ने उसनू आवाज मारी ते गुस्से विच बोली, किथे है तू, मैं कदों दी लभ रही आ, ਇਹ ਕੀ ਹੋਇਆ ਤੇਰੀ ਬਾਂਹ ਤੇ। ਫਿਕਰ ਭਰੀ ਨਜ਼ਰ ਨਾਲ ਸਵਿਤਾ ਨੇ ਦੇਖਿਆ। ਹੁਣ ਪੂਨਮ ਨੂੰ ਵੀ ਦਰਦ ਮਹਿਸੂਸ ਹੋਣ ਲੱਗੀ। ਉਸਨੇ ਕਿਹਾ ਕਿ ਉਹ ਬਾਥਰੂਮ ਵਿੱਚ ਗਿਰ ਗਈ ਸੀ। ਸਵਿਤਾ ਨੇ ਉਸ ਨੂੰ ਕੁਰਸੀ ਤੇ ਬਿਠਾਇਆ ਤੇ ਉਸ ਦੀ ਸੱਟ ਦੇਖਣ ਲੱਗੀ। ਹੁਣ ਰੋਹਿਤ ਵੀ ਪੈਲਸ ਵਿੱਚ ਆ ਗਿਆ। ਉਸ ਨੂੰ ਪੂਨਮ ਦੇ ਦਰਦ ਦਾ ਅਹਿਸਾਸ ਹੋ ਰਿਹਾ ਸੀ। ਉਹ ਪਰਮਾਤਮਾ ਦਾ ਸ਼ੁਕਰ ਵੀ ਕਰ ਰਿਹਾ ਸੀ ਕਿ ਜਿੰਨਾ ਜ਼ੋਰ ਦੀ ਕਾਰ ਘੁੰਮੀ ਸੀ ਉਹਦੇ ਜ਼ਿਆਦਾ ਸੱਟ ਵੀ ਲੱਗ ਸਕਦੀ ਸੀ। ਸਵਿਤਾ ਨੇ ਫੈਮਿਲੀ ਫੋਟੋ ਲਈ, ਪੂਨਮ ਨੂੰ ਬੁਲਾਇਆ ਤੇ ਫਿਰ ਸੋਨੂ ਨੂੰ ਕਿਹਾ ਉਸ ਨੂੰ ਘਰ ਲੈ ਜਾਵੇ। ਰੋਹਿਤ ਨੇ ਸੋਨੂ ਨੂੰ ਫਟਾਫਟ ਕਾਰ ਦੀ ਚਾਬੀ ਫੜਾਤੀ। ਉਸ ਨੂੰ ਪਤਾ ਸੀ ਕਿ ਕਾਰ ਤਾਂ ਉਹ ਆਪ ਹੀ ਚਲਾਏਗਾ। ਸੋਨੂ ਨੇ ਰੋਹਿਤ ਨੂੰ ਕਿਹਾ, ਚੱਲ ਆ ਚੱਲੀਏ ਯਾਰ, ਪੂਨਮ ਨੂੰ ਲੈ ਕੇ ਜਾਣਾ ਹੈ। ਦਰਦ ਵੱਧਦਾ ਜਾ ਰਿਹਾ ਸੀ। ਰੋਹਿਤ ਨੇ ਕਿਹਾ, ਕਿਉਂ ਨਾ ਇਹਨੂੰ ਹਸਪਤਾਲ ਦਿਖਾ ਦਈਏ, ਕਿਤੇ ਜ਼ਿਆਦਾ ਹੀ ਸੱਟ ਨਾ ਲੱਗ ਗਈ ਹੋਵੇ। ਸੋਨੂ ਨੇ ਵੀ ਹਸਪਤਾਲ ਜਾਣ ਬਾਰੇ ਸੋਚਿਆ ਸੀ। ਖੂਨ ਜ਼ਿਆਦਾ ਨਿਕਲਣ ਕਰਕੇ ਦਰਦ ਵੀ ਵੱਧ ਗਈ ਸੀ। ਰੋਹਿਤ ਚਾਹ ਕੇ ਪੂਨਮ ਨੂੰ ਬਾਹਾਂ ਵਿੱਚ ਨਹੀਂ ਲੈ ਸਕਦਾ ਸੀ। ਸਿਟੀ ਹਸਪਤਾਲ ਜਾ ਕੇ ਰੋਹਿਤ ਨੇ ਬ੍ਰੇਕ ਲਗਾਈ ਤੇ ਰਾਤ ਜ਼ਿਆਦਾ ਹੋਣ ਕਰਕੇ ਕੋਈ ਡਾਕਟਰ ਨਹੀਂ ਸੀ। ਹਸਪਤਾਲ ਵਿੱਚ ਸੋਨੂ ਨੇ ਹਸਪਤਾਲ ਜਾ ਕੇ ਹੰਗਾਮਾ ਕਰਤਾ ਤੇ ਰੋਹਿਤ ਵੀ ਡਾਕਟਰ ਨੂੰ ਬੁਲਾਉਣ ਦੀ ਜਿੱਦ ਕਰਨ ਲੱਗਾ। ਹੁਣ ਤਬੀਅਤ ਵੀ ਖਰਾਬ ਹੁੰਦੀ ਜਾ ਰਹੀ ਸੀ। ਕੁਝ ਦੇਰ ਬਾਅਦ ਡਾਕਟਰ ਆ ਗਿਆ। ਉਸਨੇ ਦੇਖਿਆ ਕਿ ਬਾਂਹ ਤੋਂ ਪਿੱਠ ਤੱਕ ਕੱਟ ਲੱਗਾ ਹੋਇਆ ਸੀ, ਜਿਸ ਕਰਕੇ ਖੂਨ ਬਹੁਤ ਨਿਕਲ ਚੁੱਕਾ ਸੀ। ਡਾਕਟਰ ਨੇ ਦੋਨਾਂ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ। ਸੋਨੂ ਸਵਿਤਾ ਨੂੰ ਫੋਨ ਕਰਨ ਲੱਗਾ ਤੇ ਰੋਹਿਤ ਮਨ ਹੀ ਮਨ ਅੰਦਰ ਆਪਣੇ ਆਪ ਨੂੰ ਕੋਸਣ ਲੱਗਾ ਕਿ ਪੂਨਮ ਆਈ ਤਾਂ ਉਹਦੇ ਕਹਿਣ ਤੇ ਹੀ ਸੀ। ਜੇ ਉਹ ਨਾ ਜਿੱਦ ਕਰਦਾ ਤਾਂ ਅੱਜ ਇਹ ਸਭ ਨਾ ਹੁੰਦਾ। ਰੋਹਿਤ ਤੇ ਸੋਨੂ ਦੋਨੋਂ ਹੀ ਡਾਕਟਰ ਦੇ ਬੁਲਾਉਣ ਤੇ ਅੰਦਰ ਚਲੇ ਗਏ। ਡਾਕਟਰ ਨੇ ਪੁੱਛਿਆ, ਇੰਨੀ ਸੱਟ ਲੱਗੀ ਕਿਵੇਂ? ਸੋਨੂ ਨੂੰ ਕੁਝ ਪਤਾ ਨਹੀਂ ਸੀ। ਉਸਨੇ ਕਿਹਾ, ਇਹ ਤਾਂ ਪੂਨਮ ਹੀ ਦੱਸੇਗੀ। ਇੰਨੇ ਨੂੰ ਸਵਿਤਾ ਵੀ ਉੱਥੇ ਆ ਗਈ। ਉਸ ਨਾਲ ਕਈ ਹੋਰ ਮਹਿਮਾਨ ਵੀ ਸਨ। ਸਵਿਤਾ ਤੇ ਮਹਿਮਾਨ ਤਿਆਰ ਹੋਏ ਦੇਖ ਡਾਕਟਰ ਨੇ ਸਭ ਨੂੰ ਬਾਹਰ ਜਾਣ ਲਈ ਕਿਹਾ। ਸਵਿਤਾ ਨੇ ਸਭ ਨੂੰ ਘਰ ਜਾਣ ਲਈ ਕਿਹਾ ਤੇ ਆਪ ਉੱਥੇ ਰੁਕ ਗਈ। ਪਰ ਰੋਹਿਤ ਬਦੋ ਬਦੀ ਬੋਲ ਪਿਆ, ਨਹੀਂ ਨਹੀਂ ਆਂਟੀ ਜੀ, ਤੁਸੀਂ ਸਾਰੇ ਮਹਿਮਾਨਾਂ ਨੂੰ ਲੈ ਕੇ ਜਾਓ, ਮੈਂ ਇੱਥੇ ਰੁਕਦਾ ਹਾਂ। ਸੋਨੂ ਸਭ ਨੂੰ ਘਰ ਛੱਡ ਇੱਥੇ ਵਾਪਸ ਆ ਜਾਏਗਾ।
फिर मैं घर चला जावांगा। सविता नूं इह ठीक भी लग्गिया, रोहित पूनम नाल टाइम बिताउणा चाहुंदा सी, इस लई उसने सोनू नूं पैलेस जाण लई कहा। उत्थे मेरे मम्मी डैडी भी ने, उन्हां नूं वी घर छड्ड के आउणा है। सोनू कार दी चाबी लै हस्पताल तों बाहर आ गया, उस नाल सारे मेहमान भी आ गए। रोहित कमरे विच गया ते पूनम दा हाथ फड़ रोण लगा। पूनम नींद विच सी ते उसने रोहित नूं रोंदे देखिया ते चुप करन नूं कहा। उस कोलों उठिया नहीं जा रहा सी। रोहित ने उस नूं उठाया ते प्यार नाल चुम्मन लगा। हस्पताल दे उस कमरे विच रोहित ते पूनम तो इलावा कोई होर है भी ते नहीं सी। पूनम नूं अपनियां बाहां विच लै रोहित बार बार माफ़ी मंग रहा सी ते उस दे जिसम दी तपश नूं महसूस कर रहा सी। ओह, इस तो ज़्यादा वधदा। उस तो पहला ही उत्थे नर्स आ गई ते उसने रोहित नूं दस्या कि इस इंजैक्शन नाल पूनम नूं नींद आ जाएगी ते दर्द नूं आराम मिलेगा। नर्स दे जांदे ही रोहित ने पूनम नूं दस्या कि उसकी बांह विच कच खुब गया है। हुण पूनम नूं दवाई दा नशा होण लगा ते उह सो गई। कुछ देर बाद सोनू कपड़े बदल हस्पताल आ गया ते हुण उसने रोहित नूं घर जाण लई कहा, पर रोहित उत्थे ही रुकिया रहा। सोनू कंटीन जा के दो कप चाह लै आया। थकावट रोहित नूं भी बहुत हो गई सी, पर ओह पूनम नूं छड्ड के नहीं जाना चाहुंदा सी। बेंच ते बैठ ही रोहित सौ गया। उस नूं पूनम नाल बिताए पल याद आउण लगे। उस नूं पूनम दे शरीर नाल अपना शरीर जुड़वां लगन लगा। उस नूं पहली बार पूनम नाल मुलाकात याद आउण लगी। किवें सिलाई सिखण दे बहाने उहदा रोहित नूं मिलण आउणा ते दो घंटे उस नाल बिताउणे। रोहित उस नूं अपनियां बाहवां विच लै किवें उस दे वालां नाल खेलदा। उस दे हथ पूनम दे हथ विच पा के अपने भविख सोचण लगा। हौली हौली दोनों किवें इक दूजे नूं चुम्मन लगदे इस दा कोई पता ना चलदा। अपने सुपनिया की दुनिया विच रोहित सुत्ता पिया सी। जदों अख खुली तो देखिया सविता हस्पताल विच आ चुकी सी। हुण रोहित कोल रुकण दा कोई बहाना नहीं सी, नाले हुण पूनम भी उसनूं ठीक लग रही सी। एक बार घर जाके ओह भी आराम करना चाहुंदा सी। ओह घर तां चला गया, पर उसदा मन हजे भी पूनम दे नाल सी। कुछ देर घर आराम करन तों बाद रोहित फिर हस्पताल आ गया। जिवें ही ओह हस्पताल आया, उत्थे सविता ते बबलू बैठे मिले। बबलू रोहित नूं कुछ ज़्यादा पसंद नहीं करदा सी। उस नूं शक भी सी कि उसदा पूनम नाल कोई ना कोई कनैक्शन जरूर है। बबलू नूं बैठा देख रोहित बाहर निकल गया ते सोनू नूं फोन करन लगा। कुछ ही मिंटा बाद सोनू भी आ गया। हुण सविता सोनू ते रोहित नूं छड्ड बबलू नाल घर चली गई। शामी डाक्टर जदों आया तां उसने दस्या कि पूनम हुण ठीक है ते सवेरे घर जा सकदी है। कुछ दवाइयां 10 दिन तक खाणियां होणगियां। सोनू ने घर फोन करके सब दसता। सविता ने सुख दा साह लिया ते ओह हुण शोक नाल बैठ मोनिका नूं लै के चिंता विच सी। पूनम नूं घर लै के आण दी तैयारी विच सी सविता, पर मोनिका ने सब नूं हैरान करता जदों ओह अपने नाल इक कुड़ी नूं लै के घर आ गई ते सविता नूं दस्या कि ओह इस नाल विआह कराएगी। जदों ऑपरेशन करवा लिया, ओह कुड़ी सी रूपी, जो मोनिका नाल स्कूल विच पढ़दी सी। मोनिका ने 12 तो बाद स्कूल छड़ता सी, पर रूपी अगे कॉलेज चली गई सी। उत्थे ही उसनू लक्की मिलिया जिस नाल भज के उसने विआह करवा लिया सी ते उसदे नाल एक 2 साल का बच्चा भी सी। सविता ये सब सुन के हैरान हो रही सी ते उसनू अपनी परवरिश ते शक हो रहा सी। दुखी हो के वह अपने कमरे विच चली गई। अशोक सब देख गुस्से विच आ गया ते उसने मोनिका नूं थप्पड़ मारता। ए सब देख रूपी उत्थों चली गई ते अशोक ने मोनिका नूं वी घरों कढ़ता। नाले कहा, जे घर रहना है तां मेरे हिसाब नाल रहना होएगा, नहीं तां उसदी इस घर विच कोई जगह नहीं है। यह कह उसने घर दा गेट बंद करता। ये सब देख सविता कमरे तो बाहर आई ते उसने गेट खोलिया, पर मोनिका उत्थे नहीं सी। सविता दा दिल ते अखां दोनों ही रो रही सन। पूनम घर आ गई सी, पर घर दा माहौल देख के उसनू बहुत हैरानगी हुई। अशोक गुस्से विच बैठा सी, सविता रो रही सी।
बबलू मोनिका घर नहीं सी, सोनू उसनू लैन गया होया सी। कार विचो समान कढ के रोहित ने सविता दे कमरे विच रखता। उसनू भी कुछ समझ नहीं आ रही सी कि पूनम दे घर चल की रहा है। उसनू अपने घर चले जाना ही ठीक लग्या। वह पूनम नू प्यार वालियां अखां नाल देख घरों निकल आया। सोनू ने सविता नू पुछया, मम्मी की होया, रो क्यों रहे हो? तो अशोक गुस्से विच बोलिया, मोनिका ने जीना हराम कीता होया है, मुंडा बनना चाहुंदी है ओह। हुण दस रोईये के हसीये? पूनम अपना दुख भुल अपनी मां नू संभाल रही सी। पूनम नू इंज लगा जिवें मंगणी दी रात तों बाद किसे ने कुछ ना देखिया ते ना जोड़िया। पूनम दी तबीयत भी पूरी तरह ठीक नहीं सी, ओह आराम करन लगी। सवेरे सविता अशोक दे नाल पंडित कोल चली गई। पूनम कम वाली कोलों घर दा कम करवाउण लगी। उसने देखिया हुण घर कोई नहीं है। ओह रोहित नू फोन करन दा सोच कमरे विच गई ते उसनू अपना हाल चाल दस मोनिका दा कीता तमाशा दस्या। रोहित भी हैरान सी, मोनिका नू की हो गया है? ओह दियां हरकतां कुछ ज्यादा वधिया तां नहीं सी, पर इस हद तक वध जाएगी ए नहीं सोचिया सी। सविता अशोक नाल पंडित कोल पुछिया ते उसनू मोनिका दा टेवा दिखाया। पंडित हैरान सी कि मोनिका दे ग्रह इन्नी छेती किवें बदल रहे ने, होणी उहदे सिर ते घूम रही है। उसने सविता नू साफ साफ दसता। सविता परेशान हो गई, इसका कोई हल पंडित जी? सविता ने रोंदियां अखां नाल पुछिया। पंडित ने नां विच सिर हिलाउंदे कहा कि कोई हल नहीं, बस मौका सांभ लो, उसनू समझा के घर लै आओ। जिस कुड़ी नाल रहना चाहुंदी है उसनू रहन दो। अशोक सारे रस्ते सविता नाल पंडित दियां बुराइयां करदा रहा, पर सविता सारे रस्ते रोंदी रही। उसनू पंडित दी कही गल सही लग रही सी। हुण तक जो भी पंडित ने उसनू दस्या ओह सब सच साबत होया सी। चाहे बबलू दे व्याह दी गल होवे, चाहे कामकार दी गल होवे, चाहे मोनिका दे कुआरी मां बनन दी गल होवे, हुण तक सब सच सी। उसनू होणी वाली गल भी सच्ची लगन लगी। घर पहुंच के सविता सब तो पहला पूनम नू नाल लै रूपी दे घर चली गई। मोनिका उत्थे इंज बैठी सी जिवें सच्ची उन्हां दा जवाई बैठा होवे। उसनू अपनी कुड़ी मोनिका तां लगी ही नहीं, सारे बाल कटवाते सी। उसने बॉय कट करवा लिया सी ते जीन टी शर्ट पाई हुई सी। सविता दा बीपी लो हो गया ते ओह उत्थे ही डिग पई। पूनम पहले ही हस्पताल तो आई सी, पर मोनिका नू उन्हां दोनां दे हालात तरस भी नहीं आ रहा सी। मोनिका ने सोनू नू फोन कीता। सोनू उस वेले रोहित नाल जिम विच सी, दोनों रूपी घर आ गए। हुण रूपी घर सविता अशोक बबलू पूनम सोनू ते रोहित सारे सी। सब मोनिका नू समझाउण लगे सी। अशोक ते सविता ऑपरेशन लई हां नहीं कर रहे सी, बाकी ओह रूपी नू ते ओहदे मुंडे नू अपने घर रखण लई तैयार सी। रूपी दी मां थोड़ी लालची किस्म दी औरत सी, उस नू रूपी लई खर्च पाणी दी इंतजाम हुंदा नजर आउण लगा। उसने फटाफट अपना रुख बदलदे कहा कि मोनिका नू अपने घर जाना चाहीदा है, रूपी भी आ जाएगी। सविता अशोक घर आ गए, सोनू बबलू नू लै के घर आ गया। पूनम मोनिका नाल आउण वाली सी। मोनिका ने अपने कपड़े ते जरूरी समान चुकिया ते रूपी नू भी समान पैक करके रखण लई कहा। मैं जल्दी आऊं तेनू लैण, मोनिका इंज बोली जिवें मुंडा बोलदा हुंदा है। रोहित उस वेले मजबूर सी, ओह कुछ नहीं बोल सकदा सी, बस पूनम नू प्यार दियां अखां नाल दिलासा दे रहा सी ते अखां ही अखां विच समझा रहा से कि मैं तेरे नाल हाँ। पूनम हुण मोनिका नू समझा रही सी कि सब जो हो रहा है ओह ठीक नहीं, जे परमात्मा ने तेनू मुंडा बनाउणा हुंदा तां तेनू पहले ही मुंडा बना के भेजदा। इह पर कीर्ति दा नियम है, तू समझदार बन ते इह सब छड्ड। घर आउंदे ही मोनिका ने फोन फड़िया ते उसनू अशोक ने बुला लिया कि हुण ओह की चाहुंदी है। मोनिका ने फिर ओही बकवास करना शुरू करता। अशोक ते बबलू ने मिल के मोनिका नू बहुत कुट्टिया। सोनू ने पूनम ते सविता नू विच आउण ते रोकता ते अशोक ने कहा, हुण बोल तेनू की चाहीदा है, अज मैं तेरा किस्सा ही खत्म कर देना है, तेरे करके बहुत बेइज्जती करा ली, तेनू बहुत प्यार नाल समझाया पर
तू प्यार नाल समझण वाली नहीं है, तैनू छित्रां दी भाषा ही समझ आएगी। हुण बबलू ने कहा, बस करो डैडी, छड दो हुण, जे इसने दोबारा इदां दी हरकत कीती ते मैं इसनू जानो मार देना है। मोनिका दा मूंह लाल सी, पिठ ते लाशां पईआं होईआं सी। सविता ते पूनम भज के मोनिका कोल आ गए ते सविता आप भी रो रही सी। उसने मोनिका नू जमीन तो चुकिया ते घुट के गले नाल लगा लिया ते कहा, बस कर जिद पुत, तू क्यों अपनी जान दी दुश्मन बनी है? असी सारे तेनू बहुत प्यार करदे हां, पर जो तू कर रही है ओ ठीक नहीं। समझदार बन ते जिद छड। पूनम भी मोनिका दा मूंह साफ करन लगी ते अपने नाल कमरे विच ले आई। मोनिका रो के चुप कर गई सी, पर दर्द नाल उसका शरीर टुट रहा सी। रोंदे रोंदे कदों मोनिका सो गई पता ना लगा। सविता उस कोलों उठ अशोक दे बबलू कोल आके बहुत लड़ी ते बबलू नू थप्पड़ भी मारिया। हुण मोनिका कोल पूनम सी। सविता बोल रही सी, जवान कुड़ी नू कोई इस तरह समझाउंदा है? कोई सियाणप वाली गल नहीं कीती तुसी दोनों ने। कुड़ी दा रो रो बुरा हाल है, सारे शरीर ते नील पए होए ने। तेरी छोटी भैन है, कोई दुश्मन तो नहीं? ते तुहानू भुल गया, मोनिका नाल सब तो ज्यादा प्यार तुसी करदे हो, फिर क्यों नहीं समझा सके उसनू प्यार नाल? सविता दी आवाज सुन पूनम भी मोनिका नू सुते छड सविता कोल आ गई। हुण सोनू भी आवाज सुन कमरे विच आ गया। सारे नीवियां पाई सविता दी गल सुन रहे सी। इन्ने नू बाहर रौला पै गया, अग लग गई, अग लग गई। सविता ने फटाफट गेट खोलिया ते बाहर जान लगी। अशोक बबलू सोनू पूनम सब बाहर आ गए, पर जदों उन्हां देखिया कि सारे उन्हां दे घर वल ही इशारा कर रहे ने, उन्हें उपर देखिया तो उपर वाले बाथरूम विच अग दियां लपटां उठ रहियां सी। सविता अशोक चीकां मार दे उपर भज्जे। लोक अपने घरों पानी दियां पाइपां लगा अग बुझाउण विच मदद करन लगे। नाल दे घरों भी लोक छत ते चढ़ आए। सविता अशोक बबलू सोनू पूनम सब सविता नू नजर आ रहे सी, बस मोनिका नहीं सी। सविता समझ गई कि भाणा वापर गया है। वह उच्ची उच्ची रोन लगी, रब्बा मैं लुट्टी गई। पूनम नू कुछ समझ नहीं आ रहा सी। वह मां नू चुप करवाण लगी ते सविता ने रोंदे रोंदे पूनम नू कहा, मोनिका चली गई, पूनम मोनिका चली गई। ए सुन पूनम भी सुन हो गई। हुणे कुछ देर पहले तां ओह उपर वाले कमरे विच ही तां सुती सी। पूनम मां नू छड मोनिका नू देखण कमरे विच गई। सच्ची उत्थे कोई नहीं सी, बस मोनिका दा मोबाइल सी जिस विच इक मैसेज रूपी नू भेजिया होया सी, मैं जा रहा सब तो दूर, मेरा इंतजार करी, तेरा मोनू। रूपी मोनिका नू मोनू कहिंदी सी। ओ मैसेज हजे तक रूपी ने पढ़िया नहीं सी, इसलिए पूनम ने डिलीट करता ते उसका फोन साइलेंट मोड ते कर अपनी जेब विच पा लिया। हुण सारयां दी मदद नाल अग थोड़ी घट गई सी ते दरवाजा अंदरों बंद होण करके खुल नहीं रहा सी। बबलू ने बहुत जोर लगाया, होर भी आंढ गुआंढ वालियां ने बहुत जोर लगा लिया, पर दरवाजा ना खुला। दरवाजे दी चुगाठ नू खुलण वल जोर दिता ते दरवाजा हिलण लगा। हुण बबलू ते सोनू मिलके धक्के मारे ते दरवाजा खुल गया। अंदर मोनिका दी सड़ी लाश पई सी। अंदर सड़न दी बदबू भी बहुत सी। अंदर फरनैल दी खाली बोतल भी पई सी। सविता ने फटाफट दीवान ते पई चादर ला के मोनिका ते पा दित्ती ते ओनू चुकन लगी सी कि बबलू ने रोकता। मम्मी मोनिका विचों अग निकल रही सी, उस उत्ते बहुत पानी पाया ता जो शरीर थोड़ा ठंडा हो सके। ते सविता अशोक बाथरूम रूम विच ही मोनिका दी लाश नू घुट के फड़न लगे। बबलू सोनू मिलके दोनों नू बाहर लै आए। हुण मोनिका दी लाश थले जमीन ते पा दित्ती सी ते उस उपर चादर भी पाई हुई सी। काली रात होनी बन के आई ते मोनिका नू अपने नाल लै गई। हुण घरदियां दा रो रो बुरा हाल सी। सारे ही मोनिका दियां हरकतां तो वाकिफ सन, पर ओह इस तरह का कुछ कर सकती है ये नहीं सोचा होना किसी ने। मोहल्ले वालियां ने अशोक नू समझाया कि जिन्नी जल्दी हो सके मोनिका का संस्कार कर दो, जे पुलिस नू पता लगा तो एवें पुलिस केस हो जाना ते बदनामी वाधू हो जानी।
नाले पुलिस ने लाश दा पोस्टमार्टम करवाना, पता नहीं की निकलना। जवान कुड़ी ने आत्महत्या क्यों की, किन्ने सवाल जवाब होने। हुण तुसी बाकी बच्चियां दा सोचो, बबलू दा व्याह सिर ते है ते कल नू सोनू पूनम दा भी करना के नहीं। अशोक बार बार मोनिका तो माफी मांग रहा सी ते उच्ची उच्ची रो रहा सी। सवेरे तड़के ही मोनिका दा संस्कार कर दिता गया ते जदों पुलिस आई तां उन्हां नू दस्या गया कि बाथरूम विच गीजर नाल शॉर्ट सर्कट हो गया ते अग लग गई, जिस नाल मोनिका नू भी अग लग गई। उस नू बचाउण दी बहुत कोशिश कीती पर ओह बच ना सकी। पुलिस ने सारिआं दे बयान सुणे, जदों कोई केस बणदा ना दिखिआ तां ओह चले गए। सारे रिश्तेदार इकट्ठे होण लगे, सब अलग अलग मत सविता नू देण लगे। पूनम पूरी तरह टुट चुकी सी मोनिका दी मौत तो, सविता दा भी कुछ इसे तरह दा ही हाल सी। अशोक बबलू नाल बैठा रो रहा सी, ए सब की हो गया। ओह मोनिका नू समझाउणा चाहुंदा सी, गवाउणा नहीं। कित्थों लै के आवां ओहनू, जदों तेरे ते सोनू तो बाद मोनिका नू मैं पहली बार चुकिया सी तां इंज लगा सी जिवें एक रूह दा बावा होवे। ओहदे आउंदे ही घर विच लक्ष्मी आ गई सी। मोनिका गिफ्ट सेंटर, मोनिका हडलूम, मोनिका हौजरी सब ओहदे आण ते ही बणिया सी। अशोक दा दुख आंसू बण निकल रहा सी, पर हुण कुछ कर नहीं सकदे सी। मोनिका बहुत दूर चली गई सी जिथों कोई नहीं मुड़िया अज तक। बबलू अशोक नू नाल लै के शमशान घाट चला गया, जिथे मोनिका दियां अस्थियां लै के ओह घर वापस आ गया। रो रो सविता ते अशोक दोनों दा बुरा हाल सी। उन्हां नू विश्वास नहीं हो रहा सी जो भाणा उन्हां नाल वापर गया सी। बबलू ने सोनू नू बुलाया ते फुल हरिद्वार तारन जाना है। पूनम नू बुला के सारी गल दसी। हुण ओह ही सी जो सब नू सांभ रही सी। पूनम ने सविता कोल जा के गल शुरू कीती, मम्मी पापा हुण मोनिका नू आखरी विदाई देण दा वेला आ गया है। सवेरे बबलू ने कार बुक करवा ली है। सविता ने घुट के पूनम नू गले नाल लगा लिया ते तीनों जोर जोर नाल रोण लगे। सविता दे घर जिथे सारे खुशी विच इकट्ठे होए सी अज उथे मातम छा गया सी। अज सविता सारियां नू रो रो के फोन कर रही सी, मोनिका चली गई मैनू छड्ड के। सविता ने फोन अपनी भैन नू कीता, भरा नू कीता, अपनी ननान नू कीता, सब नू फोन ते पूनम ने ही दस्या कि साडे नाल की भाणा वरत गया है। हुण एक एक कर सारे रिश्तेदार इकट्ठे हो रहे सी, हर कोई इको गल पुछदा सी, इस तरह दा की हो गया जो मोनिका नाल ये सब हो गया। सविता दी वड्डी भैण आशा दी कुड़ी सोनम ने दस्या कि बबलू दी मंगनी वाले दिन ही ओह बार बार किसी रूपी नू फोन करी जा रही सी ते उस नू मिलन लई बुला रही सी। तां सविता ने दस्या कि ओह एक कुड़ी है जो मोनिका नाल 12 तक पढ़ी है। सारिआं दे मूंह ते इक्को गल सी कि हादसा हो गया सी, तां संस्कार इन्नी जल्दी करन दी की लोड़ सी, जो किसी दी उड़ीक नहीं कीती गई ते जल्दी नाल सब कर दिता गया। हजे सविता संभली नहीं सी कि रूपी ते उहदी मां घर आ गईआं ते आ के सविता ते अशोक नू बुरा भला कहन लगीआं। सारे रिश्तेदार उन्हां दा मूंह देख रहे सी, ओह अपने नाल पुलिस लै के आईआं सन। पुलिस ने आउंदे ही सविता ते अशोक बबलू नू कार विच सुट लिया। सोनू ते पूनम मगर मगर दौड़ गए। सविता दा भरा फोन कर अपनी सिफारिश लगाउण लगा तां जो उन्हां नू जेल विच रात ना कटनी पवे। सोनू ने भी अपने यारां दोस्तां नू फोन कर जैक लगाण नू कहा। रोहित भी अपने मम्मी पापा नू लै के पूनम कोल चले गए। पुलिस स्टेशन रश पै गया। रूपी दी मां ने सविता ते अशोक ते मोनिका दे खून दा इल्जाम लगाया सी। उसने सारी गल पुलिस नू दस्सी कि ओह मुंडा बनना चाहुंदी सी ते इन्हां दोनां ने मिल के ही उस नू मारिया है। ओह तां रूपी नाल रहना चाहुंदी सी, ओह उस नाल विआह वी करवाउणा चाहुंदी सी। साडा तां सारा कुछ लुट्टिया गया कह ओह रोण लगी। उस नू मोनिका दे जान दा दुख नहीं सी, दुख सी तां उस वल्लों आउंदे पैसिआं दा सी जो हुण बंद हो गए सी। सविता दा वी बीपी लो हो गया ते ओह उत्थे ही डिग पई। डाक्टर बुलाया गया जिसने सविता नू हस्पताल एडमिट करन नू कहा। सविता दी भैण ते पूनम ते सोनू रोहित दी कार विच सविता नू हस्पताल लै के चले गए। हुण अशोक पुलिस वालिआं नू दसन लगा कि इस औरत ने मेरी बेटी दा दिमाग खराब कीता सी। ए
ਪੈਸੇ ਦੀ ਲਾਲਚੀ ਔਰਤ ਹੈ। ਮੋਨਿਕਾ ਨੇ ਕਈ ਵਾਰ ਦੁਕਾਨ ਤੋਂ ਪੈਸੇ ਲੈ ਇਸ ਨੂੰ ਦਿੱਤੇ ਨੇ। ਰੂਪੀ ਦੀ ਮਾਂ ਰੋਣ ਲੱਗੀ ਕਿ ਸਾਡਾ ਅੱਗੇ ਪਿੱਛੇ ਕੋਈ ਨਹੀਂ, ਸਾਨੂੰ ਮਾਂ ਧੀ ਨੂੰ ਬਦਨਾਮ ਕਰਨ ਦੀ ਚਾਲ ਹੈ। ਪੁਲਿਸ ਨੇ ਇੱਕ ਵਾਰ ਫਿਰ ਅਸ਼ੋਕ ਤੇ ਬਬਲੂ ਦੇ ਬਿਆਨ ਲੈਣ ਲੱਗੀ ਤੇ ਇਸ ਵਿਚਕਾਰ ਰੋਹਿਤ ਦੇ ਪਾਪਾ ਨੇ ਵਕੀਲ ਤੋਂ ਜ਼ਮਾਨਤ ਦੇ ਪੇਪਰ ਬਣਵਾ ਲਏ ਸਨ। ਇਹ ਰਾਤ ਵੀ ਪੂਨਮ ਤੇ ਬਹੁਤ ਭਾਰੀ ਸੀ। ਕਿਸ ਪਾਸੇ ਜਾਏ, ਕਿਸ ਨੂੰ ਸਮਝਾਵੇ, ਕੀ ਹੋ ਰਿਹਾ ਹੈ ਉਸ ਨਾਲ? ਰੱਬ ਵੀ ਉਹਨਾਂ ਤੇ ਆਪਣਾ ਕਹਿਰ ਪਾ ਰਿਹਾ ਸੀ। ਸਵਿਤਾ ਨੂੰ ਕੁਝ ਹੋਸ਼ ਨਹੀਂ ਸੀ, ਉਸਦੀ ਤਬੀਅਤ ਸੁਧਰਨ ਦੀ ਬਜਾਏ ਖਰਾਬ ਹੁੰਦੀ ਜਾ ਰਹੀ ਸੀ। ਅਸ਼ੋਕ ਤੇ ਬਬਲੂ ਵੀ ਸਿੱਧਾ ਹਸਪਤਾਲ ਆ ਗਏ। ਅਸ਼ੋਕ ਹਸਪਤਾਲ ਆ ਸਵਿਤਾ ਨੂੰ ਮਿਲਣਾ ਚਾਹੁੰਦਾ ਸੀ, ਪਰ ਡਾਕਟਰ ਨੇ ਮਿਲਣ ਤੋਂ ਰੋਕਤਾ ਤੇ ਨਾਲੇ ਬਾਕੀ ਰਿਸ਼ਤੇਦਾਰਾਂ ਨੂੰ ਵੀ ਘਰ ਜਾਣ ਲਈ ਕਿਹਾ। ਆਸ਼ਾ ਨੇ ਅਸ਼ੋਕ ਨੂੰ ਸਮਝਾਇਆ ਕਿ ਉਹ ਸਭ ਕੁਝ ਭੁੱਲ ਮੋਨਿਕਾ ਦੀਆਂ ਅਸਥੀਆਂ ਦਾ ਵਿਸਰਜਨ ਕਰੇ ਤੇ ਹਵਨ ਵੀ ਕਰਵਾਵੇ। ਆਸ਼ਾ ਸਵਿਤਾ ਕੋਲ ਰੁਕ ਗਈ ਤੇ ਬਾਕੀ ਸਾਰੇ ਘਰ ਆ ਗਏ। ਹੁਣ ਘਰ ਬੈਠ ਅਸ਼ੋਕ ਦੇ ਵੱਡੇ ਸਾਲੇ ਨੇ ਅਸ਼ੋਕ ਨੂੰ ਸਮਝਾਇਆ, ਜੇ ਤੁਸੀਂ ਅੱਜ ਰਾਤ ਹੀ ਨਿਕਲਦੇ ਹੋ ਤਾਂ ਰਾਤ ਹੀ ਉੱਥੇ ਪਹੁੰਚ ਜਾਓਗੇ ਤੇ ਸਵੇਰੇ ਹਵਨ ਕਰਵਾ ਟਾਈਮ ਸਿਰ ਵਾਪਸ ਆ ਜਾਓਗੇ। ਅਸੀਂ ਸਾਰੇ ਇੱਥੇ ਸਵਿਤਾ ਕੋਲ ਰਹਾਂਗੇ। ਬਬਲੂ ਨੇ ਕਾਰ ਵਾਲੇ ਨਾਲ ਗੱਲ ਕਰ ਕਾਰ ਮੰਗਵਾ ਲਈ ਤੇ ਪੂਨਮ ਨੇ ਜਾਣ ਦੀ ਤਿਆਰੀ ਕਰ ਦਿੱਤੀ। ਰੋਹਿਤ ਦੇ ਪਾਪਾ ਵੀ ਉੱਥੇ ਹੀ ਸੀ। ਉਹਨਾਂ ਅਸ਼ੋਕ ਨੂੰ ਗਲੇ ਲਗਾ ਹੌਸਲਾ ਦਿੱਤਾ ਤੇ ਕਿਹਾ, ਇਹ ਸਹੀ ਮੌਕਾ ਤਾਂ ਨਹੀਂ ਹੈ, ਪਰ ਤੁਸੀਂ ਬਿਲਕੁਲ ਵੀ ਫਿਕਰ ਨਹੀਂ ਕਰਨੀ, ਅਸੀਂ ਸਭ ਤੁਹਾਡੇ ਨਾਲ ਹਾਂ। ਪੂਨਮ ਜਿਸ ਤਰ੍ਹਾਂ ਇਸ ਘਰ ਵਿੱਚ ਰਾਣੀ ਬਣ ਕੇ ਰਾਜ ਕਰਦੀ ਹੈ, ਉਸੇ ਤਰ੍ਹਾਂ ਸਾਡੇ ਘਰ ਵਿੱਚ ਵੀ ਰਾਜ ਕਰੇਗੀ। ਅਸ਼ੋਕ ਰੋਹਿਤ ਦੇ ਪਾਪਾ ਦੇ ਗਲੇ ਲੱਗ ਗਿਆ ਤੇ ਰੋਣ ਲੱਗਾ। ਇੰਨੀ ਦੇਰ ਨੂੰ ਕਾਰ ਆ ਗਈ। ਅਸ਼ੋਕ, ਬਬਲੂ, ਸੋਨੂ ਤੇ ਪੂਨਮ ਦਾ ਵੱਡਾ ਮਾਮਾ ਰਾਜਨ ਵੀ ਨਾਲ ਚਲਾ ਗਿਆ। ਪੂਨਮ ਰਾਤ ਦੀ ਰੋਟੀ ਤਿਆਰ ਕਰਨ ਲੱਗੀ ਤਾਂ ਉਸਦੀ ਛੋਟੀ ਮਾਮੀ ਸੋਨਮ ਤੇ ਭੂਆ ਸਭ ਉਹਨੂੰ ਬਾਹਰ ਬੈਠਣ ਨੂੰ ਕਹਿ ਆਪ ਰਸੋਈ ਵਿੱਚ ਚਲੀਆਂ ਗਈਆਂ। ਪੂਨਮ ਬਾਹਰ ਬੈਠੀ ਸੀ। ਉਸੇ ਵੇਲੇ ਰੋਹਿਤ ਆਪਣੀ ਮਾਂ ਪਾਪਾ ਨੂੰ ਘਰ ਛੱਡ ਆਉਣ ਲਈ ਗੱਲ ਕਰਨ ਲੱਗਾ। ਪੂਨਮ ਰੋਹਿਤ ਨੂੰ ਆਪਣੇ ਕੋਲ ਰੁਕਣ ਲਈ ਕਹਿ ਰਹੀ ਸੀ। ਰੋਹਿਤ ਵੀ ਅੱਖਾਂ ਵਿੱਚ ਉਸ ਨੂੰ ਹੌਸਲਾ ਦੇ ਰਿਹਾ ਸੀ ਕਿ ਉਹ ਇੱਥੇ ਹੀ ਹੈ। ਰਾਜਨ ਦਾ ਵੱਡਾ ਬੇਟਾ ਅਭੀ ਵੀ ਪੂਨਮ ਕੋਲ ਆ ਗਿਆ। ਪੂਨਮ ਉਸ ਨੂੰ ਮਿਲ ਫਿਰ ਰੋਣ ਲੱਗੀ। ਉਹ ਪੂਨਮ ਨੂੰ ਹੌਸਲਾ ਦਿੰਦਾ ਰਿਹਾ ਤੇ ਚੁੱਪ ਕਰਵਾਉਂਦਾ ਰਿਹਾ। ਦੋਨੋਂ ਮਾਮੀਆਂ ਸੋਨਮ, ਅਭੀ ਤੇ ਸਵਿਤਾ ਕੋਲ ਹਸਪਤਾਲ ਚਲੇ ਗਏ। ਪੂਨਮ ਘਰ ਹੀ ਇਕੱਲੀ ਸੀ। ਰੋਹਿਤ ਵੀ ਉਸ ਕੋਲ ਆ ਗਿਆ। ਪੂਨਮ ਗੇਟ ਨੂੰ ਲੌਕ ਕਰ ਰੋਹਿਤ ਦੇ ਗਲੇ ਲੱਗ ਗਈ ਤੇ ਉੱਚੀ ਉੱਚੀ ਰੋਣ ਲੱਗੀ। ਹੁਣ ਬਸ ਰੋਣਾ ਹੀ ਉਹਨਾਂ ਪੱਲੇ ਸੀ। ਰੋਹਿਤ ਪੂਨਮ ਨੂੰ ਆਪਣੇ ਨਾਲ ਉਸਦੇ ਕਮਰੇ ਵਿੱਚ ਲੈ ਗਿਆ ਤੇ ਘੁੱਟ ਕੇ ਜੱਫੀ ਪਾ ਕੇ ਉਸ ਨੂੰ ਦੱਸਣ ਲੱਗਾ ਕਿ ਉਸਦੇ ਪਾਪਾ ਨੇ ਤੇਰੇ ਪਾਪਾ ਨੂੰ ਦੱਸ ਦਿੱਤਾ ਹੈ ਸਾਡੇ ਬਾਰੇ। ਪੂਨਮ ਹੈਰਾਨੀ ਨਾਲ ਰੋਹਿਤ ਦਾ ਮੂੰਹ ਦੇਖਣ ਲੱਗੀ ਤੇ ਉਸਨੇ ਦੱਸਿਆ ਕਿ ਪੁਲਿਸ ਸਟੇਸ਼ਨ ਵਿੱਚ ਜਦੋਂ ਮੇਰੇ ਪਾਪਾ ਨੇ ਵਕੀਲ ਨਾਲ ਗੱਲ ਕਰ ਉਹਨਾਂ ਨੂੰ ਘਰ ਭੇਜਿਆ ਤਾਂ ਬਬਲੂ ਨੇ ਮੈਨੂੰ ਜੱਫੀ ਪਾਈ ਤੇ ਕਿਹਾ, ਮੈਂ ਤੇਰੇ ਬਾਰੇ ਗਲਤ ਸੋਚ ਰਿਹਾ ਸੀ। ਥੈਂਕਸ ਯਾਰ ਸਾਡੀ ਮਦਦ ਕਰਨ ਲਈ। ਪੂਨਮ ਸਭ ਸੁਣ ਰੋਹਿਤ ਦੀਆਂ ਬਾਹਾਂ ਵਿੱਚ ਆ ਗਈ। ਦੋਨੋਂ ਇੱਕ ਦੂਜੇ ਨੂੰ ਚੁੰਮਣ ਲੱਗੇ। ਥੋੜ੍ਹੀ ਦੇਰ ਲਈ ਪੂਨਮ ਸਭ ਭੁੱਲ ਗਈ ਸੀ। ਉਹਨੂੰ ਰੋਹਿਤ ਦੀਆਂ ਬਾਹਾਂ ਵਿੱਚ ਸਕੂਨ ਮਿਲਣ ਲੱਗਾ। ਕਿੰਨੇ ਦਿਨਾਂ ਤੋਂ ਉਹ ਸੋਈ ਨਹੀਂ ਸੀ। ਰੋਹਿਤ ਦੀਆਂ ਬਾਹਾਂ ਵਿੱਚ ਆ ਉਹ ਸਭ ਦੁੱਖ ਭੁੱਲ ਗਈ ਸੀ। ਥੋੜ੍ਹੀ ਦੇਰ ਬਾਅਦ ਰੋਹਿਤ ਨੇ ਪੂਨਮ ਨੂੰ ਬੁੱਲਾਂ ਤੋਂ ਚੁੰਮਦੇ ਹੋਏ ਹਿਲਾਇਆ ਤੇ ਉਹਨੂੰ ਭੁੱਖ ਲੱਗੀ ਕਹਿ ਕੇ ਬੈੱਡ ਤੋਂ ਉਠਾਇਆ। ਪੂਨਮ ਨੇ ਰਸੋਈ ਵਿੱਚ ਜਾ ਕੇ ਰੋਟੀ ਬਣਾਉਣੀ ਸ਼ੁਰੂ ਕਰਤੀ ਤੇ ਰੋਹਿਤ ਨੇ ਸੱਚੇ ਪਿਆਰ ਦਾ ਸਬੂਤ ਦਿੱਤਾ। ਉਸਨੇ ਗੇਟ ਖੋਲ੍ਹ ਕੇ ਵਿਹੜੇ ਵਿੱਚ ਪਈ ਕੁਰਸੀ ਤੇ ਬੈਠ ਗਿਆ ਤੇ ਰੋਟੀ ਖਾਣ ਲੱਗਾ। ਕੁਝ ਹੀ ਮਿੰਟਾਂ ਬਾਅਦ ਸਾਰੇ ਹਸਪਤਾਲ ਤੋਂ ਵਾਪਸ ਆ ਗਏ। ਪੂਨਮ ਰੋਹਿਤ ਨੂੰ ਰੋਟੀ ਖਵਾ ਰਹੀ ਸੀ। ਰੋਹਿਤ ਸਾਰਿਆਂ ਦੇ ਘਰ ਆਉਣ ਤੇ ਸਵਿਤਾ ਦਾ ਹਾਲ ਪੁੱਛਣ ਲੱਗਾ। ਗੱਲਾਂ ਬਾਤਾਂ ਵਿੱਚ ਟਾਈਮ ਦਾ ਪਤਾ ਨਾ ਲੱਗਾ। ਰੋਹਿਤ ਪੂਨਮ ਨੂੰ ਛੱਡ ਆਪਣੇ ਘਰ ਚਲਾ ਗਿਆ। ਅਸ਼ੋਕ ਵੀ ਦੇਰ ਰਾਤ ਹਰਿਦੁਆਰ ਪੁੱਛੇ ਗਏ ਹੋਟਲ ਜਾ ਉਸਨੇ ਰੋਹਿਤ ਨੂੰ ਹੀ ਫੋਨ ਕੀਤਾ ਤੇ ਦੱਸਿਆ ਕਿ ਉਹ ਠੀਕ ਠਾਕ ਆ ਗਏ ਨੇ। ਰੋਹਿਤ ਵਾਪਸ ਪੂਨਮ ਕੋਲ ਗਿਆ ਤੇ ਦੱਸਿਆ ਕਿ ਪਾਪਾ ਦਾ ਫੋਨ ਆਇਆ ਹੈ। ਪੂਨਮ ਤੇ ਰੋਹਿਤ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਰਿਸ਼ਤੇ ਉੱਤੇ ਪਰਮਾਤਮਾ ਨੇ ਵੀ ਆਪਣੀ ਮੋਹਰ ਲਗਾ ਦਿੱਤੀ ਹੋਵੇ।
अगली शाम अशोक हरिद्वार तो सीधा हस्पताल आ गया, जिथे आशा ते पूनम उथे ही सी। ते हुण सविता नूं भी होश आ गया सी, दुखां दे बदल हट रहे सी ते खुशियां घर दस्तक दे रहियां सन। दो दिन बाद सविता नूं छुट्टी मिल गई। हुण मोनिका तो बिना सारे घर सी ते नॉर्मल होण दी कोशिश कर रहे सी। सविता दे कुड़म घर आए ते मोनिका दे जान दा दुख वंडन लगे। ਉਹ ਵੀ ਵਿਆਹ ਨੂੰ ਲੈ ਕੇ ਚਿੰਤਾ ਵਿੱਚ ਸੀ ਕਿ ਬਬਲੂ ਅਤੇ ਆਰਤੀ ਦਾ ਵਿਆਹ ਹੋਏਗਾ ਜਾਂ ਨਹੀਂ। ਅਸ਼ੋਕ ਨੇ ਵਿਆਹ ਦੀ ਤਰੀਕ ਨਹੀਂ ਬਦਲੀ, ਬਸ ਵਿਆਹ ਥੋੜ੍ਹਾ ਸਾਦਗੀ ਵਿੱਚ ਕਰਨ ਨੂੰ ਕਿਹਾ। ਸਮਾਂ ਗੁਜ਼ਰਦਾ ਗਿਆ ਅਤੇ ਬਬਲੂ ਦਾ ਵਿਆਹ ਹੋ ਗਿਆ। ਉੱਥੇ ਹੀ ਸੋਨੂ ਲਈ ਨੀਲੂ ਦਾ ਰਿਸ਼ਤਾ ਵੀ ਪੱਕਾ ਕਰਤਾ। ਹੁਣ ਸਵਿਤਾ ਦਾ ਦਿਲ ਪੂਨਮ ਅਤੇ ਮੋਨੂ ਦੇ ਰਿਸ਼ਤੇ ਦੀ ਗੱਲ ਕਰਨ ਨੂੰ ਮਚਲ ਲੱਗਾ, ਪਰ ਅਸ਼ੋਕ ਨੇ ਉਸ ਨੂੰ ਰੋਹਿਤ ਵੱਲ ਇਸ਼ਾਰਾ ਕਰ ਸਮਝਾਇਆ ਕਿ ਅਸੀਂ ਮੋਨਿਕਾ ਨੂੰ ਨਹੀਂ ਸਮਝ ਪਾਏ, ਪਰ ਪੂਨਮ ਦੀਆਂ ਅੱਖਾਂ ਵਿੱਚ ਰੋਹਿਤ ਲਈ ਪਿਆਰ ਉਹ ਦੇਖ ਚੁੱਕਾ ਹੈ ਅਤੇ ਰਿਸ਼ਤਾ ਵੀ ਉਹਦੇ ਪਾਪਾ ਨੇ ਆਪ ਮੰਗਿਆ ਸੀ। ਸਾਰੇ ਖੁਸ਼ ਸੀ, ਮੋਨਿਕਾ ਦਾ ਜਾਣਾ ਕੋਈ ਨਹੀਂ ਭੁੱਲ ਸਕਦਾ ਸੀ। ਹੁਣ ਸੋਨੂ ਲਈ ਨੀਲੂ ਅਤੇ ਪੂਨਮ ਲਈ ਰੋਹਿਤ ਸਵਿਤਾ ਆਪਣੀਆਂ ਜ਼ਿੰਮੇਦਾਰੀਆਂ ਬਹੁਤ ਸੋਹਣੀਆਂ ਨਿਭਾ ਰਹੇ ਸੀ। ਛੋਟੀ ਉਮਰੇ ਹੀ ਪੂਨਮ ਨੇ ਇੰਨਾ ਕੁਝ ਦੇਖ ਲਿਆ ਸੀ ਕਿ ਹੁਣ ਉਸਨੂੰ ਸਿਰਫ ਖੁਸ਼ੀਆਂ ਚਾਹੀਦੀਆਂ ਸੀ ਜੋ ਰੋਹਿਤ ਤੋਂ ਬਿਨਾਂ ਅਧੂਰੀਆਂ ਸਨ। ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਉ, ਸ਼ੇਅਰ ਕਰ ਦਿਉ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਉ ਤਾਂ ਕਿ ਸਾਡੀਆਂ ਕਹਾਣੀਆਂ ਤੁਹਾਡੇ ਤੱਕ ਜਲਦ ਪਹੁੰਚ ਸਕਣ। ਤੁਹਾਡਾ ਧੰਨਵਾਦ।